काशिफ भाई कितना तुसी कह रहे हो? 4 साल? 4-5 साल हो गए थे। 4-5 साल ते माशाल्लाह ठीक है। रेगुलर शुक्र अल्लाह दा माशाल्लाह ठीक है। गर्मियां नु भी लांदे हो इत्थे फिर? नहीं, सर्दियां। अच्छा, मैं गर्मियां नु भी बेची जा रहे हो? सर्दियां गर्मी नु अपना होर काम है ते सर्दियां दी आइटम है। माशाल्लाह ठीक है। रोज दी बोरी वगैरह निकल जांदी? हां इंशाल्लाह माशाल्लाह निकल जांदी, बोरी ज्यादा भी निकल जांदी। ਅਸਲਾਮ ਵਾਲੇਕੁਮ ਮੋਦਨ ਨਾਜ਼ਰੀ, ਮੈਂ ਤੁਹਾਡਾ ਮਿਹਰਬਾਨ ਲਿਆਕਤ ਅਲੀ ਡਾਟ ਸਪੋਰਟ ਚੈਨਲ 'ਤੇ। ਅਤੇ ਨਾਜ਼ਰੀ ਅੱਜ ਅਸੀਂ ਆਏ ਹਾਂ ਪਹਾੜੀ 'ਚੋਂ ਕਬਰਸਤਾਨ ਮੋੜ, ਅਤੇ ਨਾਜ਼ਰੀ ਦੋਸਤ ਮੂੰਗਫਲੀ ਵਗੈਰਾ ਭੁੰਨ ਰਹੇ ਨੇ ਅਤੇ ਉਹਨਾਂ ਨਾਲ ਵੀ ਗੱਲ ਕਰਵਾਉਂਦੇ ਹਾਂ ਤੁਹਾਡੀ, ਅਤੇ ਪੁੱਛਣੇ ਕਿੰਨੇ ਕਰਸੇ ਤੁਸੀਂ? ਹਾਂਜੀ, ਅਸਲਾਮ ਵਾਲੇਕੁਮ ਜੀ। ਸਰ ਕੀ ਨਾਮ ਹੈ ਪਹਿਲੇ ਦੱਸੋ? ਮੁਹੰਮਦ ਕਾਸ਼ਫ। ਅੱਛਾ ਕਾਸ਼ਫ ਭਾਈ, ਕਿੰਨੇ ਕਰਸੇ ਤੋਂ ਨਾਂ ਦਾ ਪਿਆ ਤੁਸੀਂ ਇਹ ਕਰ ਰਹੇ ਹੋ? ਸਰ ਅਸੀਂ ਤਕਰੀਬਨ ਸਾਨੂੰ 15 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਅਤੇ 4 ਸਾਲ ਹੋ ਗਏ ਸਾਨੂੰ ਇੱਥੇ ਆਇਆ ਨੂੰ। ਠੀਕ ਹੋ। ਕਾਸ਼ਫ ਭਾਈ ਕਿੰਨਾ ਤੁਸੀਂ ਕਹਿ ਰਹੇ? 4 ਸਾਲ? 4-5 ਸਾਲ ਹੋ ਗਏ ਇੱਥੇ ਆਇਆ। 4-5 ਸਾਲ ਤੇ ਮਾਸ਼ਾਅੱਲਾ ਠੀਕ ਹੈ। ਰੈਗੂਲਰ ਸ਼ੁਕਰ ਅੱਲਾਹ ਦਾ ਮਾਸ਼ਾਅੱਲਾ ਠੀਕ ਹੈ। ਗਰਮੀਆਂ ਨੂੰ ਵੀ ਲਾਉਂਦੇ ਹੋ ਇੱਥੇ ਫਿਰ? ਨਹੀਂ, ਸਰਦੀਆਂ। ਅੱਛਾ, ਗਰਮੀਆਂ ਨੂੰ ਵੀ ਵੇਚੀ ਜਾ ਰਹੇ ਹੋ? ਸਰਦੀਆਂ ਗਰਮੀਆਂ ਨੂੰ ਆਪਣਾ ਹੋਰ ਕੰਮ ਹੈ ਤੇ ਸਰਦੀਆਂ ਦੀ ਆਈਟਮ ਹੈ। ਠੀਕ ਤੇ ਮਾਸ਼ਾਅੱਲਾ ਠੀਕ ਹੈ। ਰੋਜ਼ ਦੀ ਬੋਰੀ ਵਗੈਰਾ ਨਿਕਲ ਜਾਂਦੀ? ਹਾਂ ਇਨਸ਼ਾਅੱਲਾ ਮਾਸ਼ਾਅੱਲਾ ਨਿਕਲ ਜਾਂਦੀ, ਬੋਰੀ ਜ਼ਿਆਦਾ ਵੀ ਨਿਕਲ ਜਾਂਦੀ। ਮਾਸ਼ਾਅੱਲਾ ਠੀਕ ਹੈ। ਤੇ ਕਿੰਨੀ ਕੁ ਡਿਊਟੀ ਦੇ ਰਹੇ ਹੋ ਇਸ ਕੰਮ? ਡਿਊਟੀ 5 ਵਜੇ ਤੋਂ ਲੈ ਕੇ ਰਾਤ 3 ਵਜੇ ਤੱਕ। ਅੱਛਾ, 3 ਵਜੇ ਤੱਕ। ਹਾਂ ਜੀ। ਤੇ ਦੂਸਰੇ ਭਾਈਆਂ ਦੀ ਵੀ ਹੈ ਵੀ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਸਰ ਕੀ ਨਾਮ ਤੁਹਾਡਾ? ਮੇਰਾ ਮੁਹੰਮਦ ਉਸਮਾਨ। ਉਸਮਾਨ ਭਾਈ, ਪਹਿਲੇ ਦੱਸੋ ਕਿ ਮਾਸ਼ਾਅੱਲਾ ਕਾਫੀ ਨਾ ਤੁਹਾਡਾ ਕਹਿ ਲਓ ਕਿ ਸਾਨੂੰ ਬਾਹਰ ਰੋਣਾ ਘੱਟਾ ਲੱਗਾ ਵੇ, ਅਤੇ ਮਾਸ਼ਾਅੱਲਾ ਤੁਹਾਡੇ ਮੂੰਗਫਲੀ ਵਗੈਰਾ ਦਾ ਵੀ ਨਿਜ਼ਾਮ ਠੀਕ ਜਾ ਰਿਹਾ ਵੇ, ਅਤੇ 4-5 ਸਾਲ ਤੋਂ ਤੁਸੀਂ ਇੱਥੇ ਕਰ ਰਹੇ ਹੋ? ਹਾਂਜੀ, 4-5 ਸਾਲ ਦੇ ਉੱਤੇ ਲੱਗ ਰਹੇ ਹੈਗੇ ਉੱਦਾਂ ਸਾਨੂੰ, ਯਾਨੀ ਕਿ ਮਜ਼ੀਦ ਬਹੁਤ ਜ਼ਿਆਦਾ ਟਾਈਮ ਹੋ ਗਿਆ ਕੰਮ ਕਰਦੇ ਹੋਏ ਨੂੰ, ਪਰ ਇਸੇ ਯਾਨੀ ਕਿ ਇਸ ਏਰੀਏ ਦੇ ਵਿੱਚ ਸਾਨੂੰ 5-6 ਸਾਲ ਹੋ ਗਏ। ਅਤੇ ਕੋਈ ਤੰਗ ਵਗੈਰਾ ਤਾਂ ਨਹੀਂ ਕਰਦੇ? ਕੋਈ ਤੰਗ ਵਗੈਰਾ ਨਹੀਂ ਕਰਦੇ ਇੱਥੇ। ਅਤੇ ਤੁਸੀਂ ਦੇਖ ਸਕਦੇ ਕਿ ਭਲਵਾਨ ਜੀ ਵੀ ਆਇਆ ਇੱਥੇ, ਅਤੇ ਉਹ ਅੱਜ ਆਏ? ਭਲਵਾਨ ਹੈਗਾ ਉਹ, ਜਿਹਦੇ ਨਾਲ ਰੌਣਕਾਂ ਬਹੁਤ ਜ਼ਿਆਦਾ ਲੱਗਦੀ ਹੈ। ਉਹਦੀ ਕੀ ਵਜ੍ਹਾ? ਅੱਜ ਕੀ ਵਜ੍ਹਾ? ਉਹਨਾਂ ਨੂੰ ਜ਼ਰਾ ਤਬੀਅਤ ਖਰਾਬ, ਉਹਨਾਂ ਦੀ ਬਲੱਡ ਪ੍ਰੈਸ਼ਰ ਵਗੈਰਾ ਹਾਈ ਹੈ। ਬਲੱਡ ਪ੍ਰੈਸ਼ਰ ਹਾਈ ਤਾਂ ਨਹੀਂ ਹੋ ਗਿਆ? ਹਾਂਜੀ, ਹਾਈ ਹੋਇਆ ਥੋੜਾ। ਅੱਛਾ, ਹਾਈ ਹੋਇਆ। ਚਲੋ ਅੱਲਾਹ ਉਹਨਾਂ ਨੂੰ ਸਿਹਤ ਦੇਵੇ ਜੀ। ਮਾਸ਼ਾਅੱਲਾ ਠੀਕ ਜਾ ਰਿਹਾ ਸਿਰ ਦਾ। ਤੇ ਕੀ ਸਿਰਫ ਮੂੰਗਫਲੀ ਵਗੈਰਾ ਹੀ, ਬਾਕੀ ਤਾਂ ਦੂਸਰਾ ਤੇ ਦੂਜਾ ਸਮਾਨ ਤੇ ਬਾਜ਼ਾਰੋਂ ਵੀ ਸਹੀ ਸਹੀ ਲੈ ਗਏ? ਹਾਂਜੀ, ਆ ਮੂੰਗਫਲੀ ਵਗੈਰਾ ਤੀ ਯਾਨੀ ਕਿ ਲੈ ਕੇ ਆਈਦੀ ਅੱਛੇ ਕਿਸਮ ਦੀ, ਇਹਦੇ ਵਿੱਚ 101 ਕਿਸਮ ਆ ਮੂੰਗਫਲੀ ਦੀ ਜਿਹੜੀ ਅੱਛੀ ਲੈ ਕੇ ਆਈਦੀ ਅਸੀਂ ਪੂਰੀ, ਯਾਨੀ ਕਿ ਮਿੱਠੀ ਮੂੰਗਫਲੀ ਲੈ ਕੇ ਆਈਦੀ, ਇਹਨੂੰ ਗੁਜਰ ਖਾਨ ਦਾ ਨਾਮ ਵੱਜਦਾ। ਅੱਛਾ, ਗੁਜਰ ਖਾਨ ਦੀ ਜਿਹੜੀ ਕਲਾਉਂਦੀ ਹੈ ਮੂੰਗਫਲੀ? ਹਾਂਜੀ। ਤੇ ਵੈਸੇ ਹੋਰ ਵੀ ਕੋਈ ਇਹਦਾ ਕੋਈ ਇਕਸਾਮ ਹੁੰਦੀ ਹੈ ਕਿ ਸਿਰਫ ਗੁਜਰ ਖਾਨ? ਬਹੁਤ ਜ਼ਿਆਦਾ ਹੁੰਦੀ ਹੈ ਇਕਸਾਮ, ਗੁਜਰ ਖਾਨ ਦੇ ਨਾਮ ਤੋਂ। ਇਹ ਗੁਜਰ ਖਾਨ ਮਸ਼ਹੂਰ ਐਸੀ ਮੂੰਗਫਲੀ ਆ ਜਿਹਦਾ ਦਾਣਾ ਵੀ ਮਿੱਠਾ ਹੁੰਦਾ ਵਾ ਤੇ ਇਹਦਾ ਰੇਟ ਥੋੜ੍ਹਾ ਜ਼ਿਆਦਾ ਹੁੰਦਾ। ਠੀਕ ਹੋ। ਉਹ ਮਿਲਦੀ 100-150 ਰੁਪਏ ਪਾਈ ਆ। ਨਾਜ਼ਰੀਨ, ਤੁਸੀਂ ਲਾਜ਼ਮੀ ਨਾ ਇਸ ਜਗ੍ਹਾ ਦਾ ਵਿਜ਼ਿਟ ਕਰਨਾ ਵੇ, ਕਬਰਸਤਾਨ ਮੋੜ ਵੇ ਪਹਾੜੀ ਚੌਂਕ। ਅਤੇ ਮਾਸ਼ਾਅੱਲਾ ਸਾਡਾ ਕੈਮਰਾਮੈਨ ਦਿਖਾਵੇ, ਮੂੰਗਫਲੀ ਵੀ ਤਿਆਰ ਹੋ ਰਹੀ ਹੈ ਅਤੇ ਬਾਕੀ ਹੈ ਕਿ ਅਸੀਂ ਵੀ ਜਾਂਦੇ ਹੋਏ ਦੇਖਦੇ ਹਾਂ, ਚੱਖਣੇ ਇਹਨਾਂ ਦੀ ਕੈਸੀ ਹੈ ਭਾਈ। ਤਾਰੀਫ ਤਾਂ ਬੜੀ ਇਹਨਾਂ ਦੀ ਸੁਣੀ ਹੈ ਅਤੇ ਸਾਡਾ ਕਹਿਣ 'ਤੇ ਇੱਕ ਦਫ਼ਾ ਲਾਜ਼ਮੀ ਤੁਸੀਂ ਨਾ ਵਿਜ਼ਿਟ ਆ ਕੇ ਕਰਨਾ ਵੇ। ਅਤੇ ਨਾਜ਼ਰੀਨ, ਤੁਸੀਂ ਨਾ ਸਾਡਾ ਪ੍ਰੋਗਰਾਮ ਨੂੰ ਲਾਈਕ ਵੀ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਅਤੇ ਬਾਕੀ ਜ਼ਿੰਦਗੀ ਨੇ ਵਫਾ ਕੀਤੀ। ਦੁਬਾਰਾ ਮੁਲਾਕਾਤ ਹੋ ਗਈ। ਅੱਲਾ ਹਾਫਿਜ਼।